ਹਾਰਮੋਨ ਇਨਬੈਲੈਂਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ, ਹਾਰਮੋਨ ਡਿਸਟਰਬ ਹੋ ਜਾਂਦੇ ਆ ਲੇਡੀਜ਼ ਦੇ ਜਦੋਂ, ਤਾਂ ਕਈਆਂ ਦੇ ਚਿਹਰੇ 'ਤੇ ਬਾਲ ਨਿਕਲ ਆਉਂਦੇ ਆ, ਕਈਆਂ ਦੇ ਚਿਹਰੇ 'ਤੇ ਬਲੈਮਸਿਜ ਹੋ ਜਾਂਦੀਆਂ ਨੇ, ਛਾਈਆਂ ਪੈ ਜਾਂਦੀਆਂ ਨੇ, ਕਈਆਂ ਦੇ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ, ਬਹੁਤ ਸਾਰੀਆਂ ਹਾਰਮੋਨਲ ਡਿਸਟਰਬੈਂਸ ਕਰਕੇ ਪ੍ਰੋਬਲਮ ਆਉਂਦੀਆਂ ਨੇ। ਉਹਦੇ ਵਿੱਚ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਬੜੇ ਸਟੀਕ ਨੁਸਖੇ ਲਿਖੇ ਹੋਏ ਆ, ਉਹ 'ਚ ਕਈ ਜਗ੍ਹਾ ਲਿਖਿਆ ਇਮਲੀ ਵਾਸਤੇ, ਔਰ ਇਮਲੀ ਅਤੇ ਗੁੜ ਜਿਹੜਾ ਹੈਗਾ ਇਹ ਸਾਡੇ ਹਾਰਮੋਨਲ ਸਿਸਟਮ ਨੂੰ, ਲੇਡੀਜ਼ ਦੇ ਖਾਸ ਕਰ ਲੇਡੀਜ਼ ਦੇ ਹਾਰਮੋਨਲ ਸਿਸਟਮ ਨੂੰ ਬਿਲਕੁਲ ਬੈਲੈਂਸ ਕਰ ਲੈਂਦਾ। ਔਰ ਇਹਨੂੰ ਖਾਣ ਦਾ ਤਰੀਕਾ, ਇਹਦੀ ਚਟਨੀ ਜੀ ਬਣਾ ਕੇ ਰੱਖੋ, ਚਮਚਾ ਕੁ ਸਵੇਰੇ ਲੈ ਲਓ, ਚਮਚਾ ਕੁ ਸ਼ਾਮ ਨੂੰ ਲੈ ਲਓ ਛੋਟਾ ਜਿਹਾ, ਤਾਂ ਉਹਦੇ ਬਾਅਦ ਪਾਣੀ ਪੀਣਾ ਬਹੁਤ ਦੇਰ ਬਾਅਦ, ਪਹਿਲਾਂ ਇਹਨੂੰ ਖਾਲੀ ਪੇਟ ਲੈ ਲਓ ਜਾਂ ਕੁਛ ਖਾ ਪੀ ਕੇ ਲੈ ਲਓ, ਪਰ ਰੈਂਡਮ ਜਿਹਾ ਪੇਟ ਹੋਵੇ ਜਦੋਂ ਇਹਨੂੰ ਖਾਣਾ ਤੁਸੀਂ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪੀ ਲਓ, ਅਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇੱਕ ਤਾਂ ਅੰਦਰੋਂ ਗਰਮੀ ਦੀ ਸ਼ਿਕਾਇਤ ਖਤਮ ਹੋ ਰਹੀ ਹੈ, ਲੀਵਰ ਵੀ ਠੀਕ ਹੋ ਰਿਹਾ, ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਕਿ ਤੁਹਾਡੇ ਹਾਰਮੋਨਲ ਸਿਸਟਮ ਠੀਕ ਹੋ ਰਿਹਾ। ਗੁੜ ਤੇ ਇਮਲੀ ਦੀ ਚਟਨੀ ਵਾਕਈ ਜੋ ਇਸ ਸਵਾਦ ਦੇ ਵਿੱਚ ਇੰਨੀ ਜ਼ਿਆਦਾ ਸਵਾਦਿਸ਼ਟ ਸਾਨੂੰ ਲੱਗਦੀ ਹੈ, ਤੇ ਨਾਲ ਦੀ ਨਾਲ ਬਹੁਤ ਜ਼ਿਆਦਾ ਸਾਡੇ ਸਿਹਤ ਦੇ ਲਈ ਵੀ ਗੁਣਕਾਰੀ ਹੈ। ਇਸ ਦੇ ਵਿੱਚ ਵਿਟਾਮਿਨ ਸੀ ਇਮਲੀ ਤੋਂ ਤਾਂ ਸਾਨੂੰ ਮਿਲਣ ਵਾਲਿਆ ਹੈ, ਗੁੜ ਜਿਹੜਾ ਉਸ ਤੋਂ ਸਾਨੂੰ ਆਇਰਨ ਮਿਲਣ ਜਾ ਰਿਹਾ, ਪਰ ਸਭ ਤੋਂ ਵੱਡੀ ਗੱਲ ਜਦੋਂ ਇਹਨੂੰ ਮਿਲ ਕੇ ਇੱਕ ਸਹੀ ਅਨੁਪਾਤ ਦੇ ਵਿੱਚ ਇਸਦੀ ਇਮਲੀ ਬਣਾਈ ਜਾਂਦੀ ਹੈ, ਤਾਂ ਇਸ ਦੇ ਨਾਲ ਫੀਮੇਲ ਹਾਰਮੋਨ ਐਸਟ੍ਰੋਜਨ ਹੈ ਜਿਹੜਾ ਉਹ ਬੈਲੈਂਸ ਵਿੱਚ ਰਹਿੰਦਾ। ਜਿਹਨਾਂ ਨੂੰ ਵੀ ਪੀਰੀਅਡਸ ਨੂੰ ਲੈ ਕੇ ਕੋਈ ਦਿੱਕਤ ਚੱਲ ਰਹੀ ਹੁੰਦੀ ਹੈ, ਉੱਥੇ ਵੀ ਇਹ ਬਹੁਤ ਜ਼ਿਆਦਾ ਹੈਲਪ ਕਰਨ ਵਾਲੀ ਹੈ। ਸੋ ਇਸ ਸਵਾਦ ਦੇ ਲਈ ਹੀ ਨਹੀਂ, ਤੁਹਾਡੀ ਹੈਲਥ ਨੂੰ ਵਧੀਆ ਬਣਾਏ ਰੱਖਣ ਦੇ ਵਿੱਚ ਵੀ ਇਮਲੀ ਅਤੇ ਗੁੜ ਦੀ ਚਟਨੀ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ, ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਬਣਾ ਕੇ ਰੱਖਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਮੌਸਮ ਚੇਂਜ ਹੁੰਦਾ, ਕਈ ਬੜੀ ਜਲਦੀ ਬਿਮਾਰ ਹੋ ਜਾਂਦੇ ਨੇ। ਫੀਮੇਲਸ ਦੀ ਮੈਂ ਸਭ ਤੋਂ ਜ਼ਿਆਦਾ ਗੱਲ ਕਰਾਂ, ਕਈਆਂ ਦੇ ਹਾਰਮੋਨਸ ਬੜੇ ਡਿਸਟਰਬ ਰਹਿੰਦੇ ਆ, ਉਹਨਾਂ ਲਈ ਤਾਂ ਬਹੁਤ ਹੀ ਜ਼ਿਆਦਾ ਗੁਣਕਾਰੀ ਰਹਿਣ ਵਾਲੀ ਹੈ। ਫਿਰ ਤੋਂ ਕਹੂੰਗੀ ਜਿਹੜਾ ਫੀਮੇਲ ਹਾਰਮੋਨ ਹੈ ਉਹ ਜਦੋਂ ਡਿਸਟਰਬ ਹੁੰਦਾ ਤਾਂ ਇੱਕ ਫੀਮੇਲ ਨੂੰ ਕਈ ਤਰ੍ਹਾਂ ਦੀ ਪ੍ਰੋਬਲਮ ਜੋ ਹੈ ਫੇਸ ਕਰਨੀਆਂ ਪੈਂਦੀਆਂ ਨੇ, ਤੇ ਜੇਕਰ ਤੁਸੀਂ ਸਹੀ ਅਨੁਪਾਤ ਵਿੱਚ ਬਣਾਈ ਗਈ ਇਸ ਚਟਨੀ ਨੂੰ ਸਵੇਰੇ ਸ਼ਾਮ ਖਾਂਦੇ ਹੋ ਤਾਂ ਵਾਕਈ ਬਹੁਤ ਫਾਇਦੇ ਮਿਲਣਗੇ। ਹੋਰ ਕਿਸ ਤਰੀਕੇ ਨਾਲ ਇਹ ਤੁਹਾਡੇ ਲਈ ਫਾਇਦੇਮੰਦ ਰਹਿ ਸਕਦੀ, ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਵੈਦਵਾਨ ਆਯੁਰਵੈਦ ਦੇ MD ਮਿਸਟਰ ਸੁਭਾਸ਼ ਗੋਇਲ ਜੀ ਸਾਡੇ ਨਾਲ ਨੇ। ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਚੜ੍ਹਦੀ ਕਲਾ 'ਚ ਰਹੋ। ਮੈਨੂੰ ਉਮੀਦ ਹੈ ਕਿ ਸਾਰੇ ਸਿਹਤਯਾਬ ਹੋਵੋਗੇ, ਤੰਦਰੁਸਤ ਹੋਵੋਗੇ, ਔਰ ਬਾਬਾ ਜੀ ਦੀ ਕਿਰਪਾ ਸਾਰਿਆਂ 'ਤੇ ਇੱਦਾਂ ਹੀ ਬਣੀ ਰਹੇ। ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਅਤੇ ਗੱਲ ਫਿਰ ਅੱਜ ਇੱਕ ਵੱਡੀ ਕਰਨ ਜਾ ਰਹੇ ਹਾਂ, ਸਾਡੀਆਂ ਮਾਤਾ ਭੈਣਾਂ ਅਤੇ ਬੀਬੀਆਂ ਵਾਸਤੇ, ਭੈਣਾਂ ਵਾਸਤੇ ਇੱਕ ਪ੍ਰੋਗਰਾਮ ਲੈ ਕੇ ਆਇਆ ਮੈਂ। ਉਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਹਾਰਮੋਨ ਇਨਬੈਲੈਂਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ, ਹਾਰਮੋਨ ਡਿਸਟਰਬ ਹੋ ਜਾਂਦੇ ਆ ਲੇਡੀਜ਼ ਦੇ ਜਦੋਂ, ਤਾਂ ਕਈਆਂ ਦੇ ਚਿਹਰੇ 'ਤੇ ਬਾਲ ਨਿਕਲ ਆਉਂਦੇ ਆ, ਕਈਆਂ ਦੇ ਚਿਹਰੇ 'ਤੇ ਬਲੈਮਸਿਜ ਹੋ ਜਾਂਦੀਆਂ ਨੇ, ਛਾਈਆਂ ਪੈ ਜਾਂਦੀਆਂ ਨੇ, ਕਈਆਂ ਦੇ ਪੀਰੀਅਡ ਅੱਗੇ ਪਿੱਛੇ ਹੋ ਜਾਂਦੇ ਆ, ਬਹੁਤ ਸਾਰੀਆਂ ਹਾਰਮੋਨਲ ਡਿਸਟਰਬੈਂਸ ਕਰਕੇ ਪ੍ਰੋਬਲਮ ਆਉਂਦੀਆਂ ਨੇ। ਉਹਦੇ ਵਿੱਚ ਸਾਡੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਬੜੇ ਸਟੀਕ ਨੁਸਖੇ ਲਿਖੇ ਹੋਏ ਆ, ਉਹ 'ਚ ਕਈ ਜਗ੍ਹਾ ਲਿਖਿਆ ਇਮਲੀ ਵਾਸਤੇ। ਪਹਿਲਾਂ ਤੁਸੀਂ ਦੇਖੋ, ਸਾਡੀਆਂ ਮਾਤਾ ਭੈਣਾਂ ਗੋਲ ਗੱਪੇ ਜ਼ਿਆਦਾ ਖਾਂਦੀਆਂ ਸੀ, ਕਿਉਂ? ਉਹ ਪੁਰਾਣੇ ਜਿਹੜੇ ਬਜ਼ੁਰਗਾਂ ਦੇ ਬਣਾਏ ਹੋਏ ਨੁਸਖੇ ਸੀ, ਉਹ ਇਸ ਲਈ ਸੀ ਕਿ ਜਦੋਂ ਗੋਲ ਗੱਪੇ ਬਹਾਨੇ ਸਿਰ ਖਾ ਲਏ ਅਤੇ ਨਾਲੇ ਇਮਲੀ ਦਾ ਪਾਣੀ ਪੀ ਲਿਆ। ਹੁਣ ਤਾਂ ਇਮਲੀ ਦਾ ਪਾਣੀ ਉਹਨੀ ਫਲੇਵਰ ਪਾ ਕੇ ਪਿਲਾਈ ਜਾਂਦੇ ਆ, ਅਤੇ ਫਿਰ ਅੱਛਾ ਉਹ ਗੋਲ ਗੱਪਿਆਂ ਦੇ ਵਿੱਚ ਗੁੜ ਵੀ ਸੇਵਨ ਹੁੰਦਾ ਸੀ, ਜਿਹੜਾ ਮਿੱਠਾ ਪਾਣੀ ਪਿਲਾਉਂਦੇ ਸੀ ਨਾ, ਉਹਦੇ ਵਿੱਚ ਇਮਲੀ ਅਤੇ ਗੁੜ ਦਾ ਸੇਵਨ ਹੁੰਦਾ ਸੀ। ਔਰ ਇਮਲੀ ਅਤੇ ਗੁੜ ਜਿਹੜਾ ਹੈਗਾ ਇਹ ਸਾਡੇ ਹਾਰਮੋਨਲ ਸਿਸਟਮ ਨੂੰ, ਲੇਡੀਜ਼ ਦੇ ਖਾਸ ਕਰ ਲੇਡੀਜ਼ ਦੇ ਹਾਰਮੋਨਲ ਸਿਸਟਮ ਨੂੰ ਬਿਲਕੁਲ ਬੈਲੈਂਸ ਕਰ ਲੈਂਦਾ। ਔਰ ਇਹਨੂੰ ਖਾਣ ਦਾ ਤਰੀਕਾ, ਇਹਦੀ ਚਟਨੀ ਜੀ ਬਣਾ ਕੇ ਰੱਖੋ, ਚਮਚਾ ਕੁ ਸਵੇਰੇ ਲੈ ਲਓ, ਚਮਚਾ ਕੁ ਸ਼ਾਮ ਨੂੰ ਲੈ ਲਓ ਛੋਟਾ ਜਿਹਾ, ਤਾਂ ਉਹਦੇ ਬਾਅਦ ਪਾਣੀ ਪੀਣਾ ਬਹੁਤ ਦੇਰ ਬਾਅਦ, ਪਹਿਲਾਂ ਇਹਨੂੰ ਖਾਲੀ ਪੇਟ ਲੈ ਲਓ ਜਾਂ ਕੁਛ ਖਾ ਪੀ ਕੇ ਲੈ ਲਓ, ਪਰ ਰੈਂਡਮ ਜਿਹਾ ਪੇਟ ਹੋਵੇ ਜਦੋਂ ਇਹਨੂੰ ਖਾਣਾ ਤੁਸੀਂ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਪੀ ਲਓ, ਅਤੇ ਤੁਸੀਂ ਦੇਖੋਗੇ ਚੰਦ ਦਿਨਾਂ ਦੇ ਵਿੱਚ ਇੱਕ ਤਾਂ ਅੰਦਰੋਂ ਗਰਮੀ ਦੀ ਸ਼ਿਕਾਇਤ ਖਤਮ ਹੋ ਰਹੀ ਹੈ,
ਲੀਵਰ ਵੀ ਠੀਕ ਹੋ ਰਿਹਾ ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਚੀਜ਼ ਕਿ ਤੁਹਾਡੇ ਹਾਰਮੋਨਲ ਸਿਸਟਮ ਠੀਕ ਹੋ ਰਿਹਾ ਔਰ ਤੁਸੀਂ ਦੇਖਦੇ ਜਾਇਓ ਧੀਰੇ 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 ਜੇ ਚਿਹਰੇ 'ਤੇ ਛਾਈਆਂ ਨੇ ਬਲੈਮਿਸ਼ਿਜ਼ ਆ ਉਹ ਵੀ ਠੀਕ ਹੋ ਜਾਂਦੀਆਂ ਨੇ ਪਲੱਸ ਇੱਕ ਵੱਡਾ ਇਹਦਾ ਪੁਆਇੰਟ ਹੈ ਕਿ ਤੁਹਾਡੇ ਬਾਲ ਝੜਦੇ ਟੁੱਟਦੇ ਆ ਚਿਹਰੇ 'ਤੇ ਬਾਲ ਨਿਕਲ ਰਹੇ ਆ ਉਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਵਿੱਚ ਇਹ ਕੰਮ ਕਰਦੀ ਹੈ ਕਿਤੇ ਐਵੇਂ ਨਾ ਸਮਝੋ ਇਹ ਗੁੜ ਅਤੇ ਇਮਲੀ ਦਾ ਜਿਹੜਾ ਨੁਸਖਾ ਇਹ ਜਦੋਂ ਕਦੇ ਮੇਰੇ ਕਲੀਨਿਕ 'ਤੇ ਆਓਗੇ ਤੁਸੀਂ ਤੁਹਾਨੂੰ ਮੈਂ ਪੜ੍ਹਾਊਂਗਾ ਗ੍ਰੰਥ ਦੇ ਵਿੱਚ ਕਿਉਂਕਿ ਇਹਨਾਂ ਨੂੰ ਆਮ ਨਹੀਂ ਬਣਦੇ ਨਾ ਵੈਦ ਬਣਾਉਣ ਨਾ ਵੇਚਿਆ ਜਾਵੇ ਇਹ ਤਾਂ ਤੁਹਾਨੂੰ ਘਰ ਹੀ ਬਣਾਉਣਾ ਪਊ ਘਰ ਹੀ ਖਾਣਾ ਪਊ ਔਰ ਜਦੋਂ ਤੁਸੀਂ ਕਿਤੇ 3 ਕੁ ਮਹੀਨੇ ਇਹਨੂੰ ਕਰ ਲਿਆ ਨਾ 3-4 ਮਹੀਨੇ ਬਾਅਦ ਤੁਹਾਡੇ ਦਿਲੋਂ ਨਿਕਲੂਗਾ ਕਿ ਥੈਂਕ ਯੂ ਗੋਇਲ ਸਾਹਿਬ ਔਰ ਉਹ ਜਦੋਂ ਨਿਕਲੂਗਾ ਕਮੈਂਟ ਦੇ ਵਿੱਚ ਲਿਖ ਦਿਓ ਜ਼ਰੂਰ ਤਾਂ ਕਿ ਸਾਨੂੰ ਹੌਸਲਾ ਰਹਿੰਦਾ ਕਿ ਅਸੀਂ ਜਿਹੜਾ ਟਾਈਮ ਕੱਢ ਕੇ ਤੁਹਾਡੇ ਲਈ ਸਟੱਡੀ ਕਰਦੇ ਹਾਂ ਪੜ੍ਹਦੇ ਹਾਂ ਉਸ ਤੋਂ ਬਾਅਦ ਉਹਨਾਂ ਨੂੰ ਵੀਡੀਓ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰਦੇ ਹਾਂ ਬਾਬਾ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ ਮਾਤਾ ਭੈਣਾਂ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ ਚੜ੍ਹਦੀ ਕਲਾ 'ਚ ਰਹੋ ਜੀ ਤਾਂ ਸੁਣਿਆ ਤੁਸੀਂ ਜਾਣਿਆ ਸਮਝਿਆ ਕਿ ਕਿੰਨੇ ਜ਼ਿਆਦਾ ਫਾਇਦੇ ਨੇ ਇਸ ਚਟਨੀ ਦੇ ਤੇ ਜੇਕਰ ਤੁਸੀਂ ਸਹੀ ਅਨੁਪਾਤ ਦੇ ਨਾਲ ਇਸ ਚਟਨੀ ਨੂੰ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਗੁੜ ਇਮਲੀ ਚਟਨੀ ਲਿਖ ਕੇ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਇਸਦੀ ਇੱਕ ਰੈਸਿਪੀ ਵੀਡੀਓ ਵੀ ਬਣਾ ਕੇ ਜ਼ਰੂਰ ਭੇਜਾਂਗੀ ਇਸ ਚੈਨਲ ਤੇ ਪਾਉਂਗੀ ਮੈਂ ਤਾਂ ਕਿ ਤੁਸੀਂ ਇਸ ਨੂੰ ਦੇਖ ਸਕੋ ਤੇ ਸਮਝ ਸਕੋ ਕਿ ਜੇਕਰ ਅਸੀਂ ਸਿਹਤ ਦੇ ਫਾਇਦੇ ਦੇ ਲਈ ਗੁੜ ਤੇ ਇਮਲੀ ਦੀ ਚਟਨੀ ਖਾਣੀ ਹੈ ਤਾਂ ਸਹੀ ਅਨੁਪਾਤ ਕਿੰਨਾ ਹੋਣਾ ਚਾਹੀਦਾ ਹੈ ਸਹੀ ਢੰਗ ਇਸ ਨੂੰ ਖਾਣ ਦਾ ਕੀ ਹੈ ਉਸਦੇ ਉੱਪਰ ਇੱਕ ਪ੍ਰੋਪਰ ਵੀਡੀਓ ਬਣਾਈ ਜਾਏਗੀ ਤਾਂ ਕਿ ਤੁਸੀਂ ਉਸੇ ਤਰੀਕੇ ਨਾਲ ਉਸੇ ਰੈਸਿਪੀ ਦੇ ਨਾਲ ਇਹ ਇਮਲੀ ਤਿਆਰ ਕਰੋ ਗੁੜ ਅਤੇ ਇਮਲੀ ਦੀ ਚਟਨੀ ਜੋ ਹੈ ਤਿਆਰ ਕਰੋ ਔਰ ਤੁਸੀਂ ਸਹੀ ਢੰਗ ਨਾਲ ਖਾਓ ਔਰ ਤੁਸੀਂ ਜਦੋਂ ਇਸ ਨੂੰ ਇੱਕ ਦਵਾਈ ਦੀ ਤਰ੍ਹਾਂ ਇਹ ਸਵਾਦਿਸ਼ਟ ਚਟਨੀ ਨੂੰ ਖਾਓਗੇ ਤਾਂ ਤੁਹਾਨੂੰ ਆਪਣੇ ਆਪ ਦੇ ਵਿੱਚ ਢੇਰੋ ਫਾਇਦੇ ਜ਼ਰੂਰ ਨਜ਼ਰ ਆਣਗੇ ਜਿਨ੍ਹਾਂ ਦੇ ਬਾਲ ਵੀ ਝੜਨ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਨਾ ਉੱਥੇ ਵੀ ਗੁੜ ਇਮਲੀ ਦੀ ਚਟਨੀ ਬਹੁਤ ਜ਼ਿਆਦਾ ਫਾਇਦਾ ਦੇਣ ਵਾਲੀ ਹੈ ਸੋ ਕਮੈਂਟ ਕਰਕੇ ਗੁੜ ਇਮਲੀ ਚਟਨੀ ਜ਼ਰੂਰ ਲਿਖੋ ਤਾਂ ਕਿ ਮੈਂ ਜਲਦੀ ਹੀ ਇਸ ਉੱਪਰ ਵੀ ਇੱਕ ਵੀਡੀਓ ਰੈਸਿਪੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਤੱਕ ਪੇਜ ਨੂੰ ਫਾਲੋ ਨਹੀਂ ਕੀਤਾ ਹੈ ਤਾਂ ਫਟਾਫਟ ਫਾਲੋ ਕਰ ਦਿਓ ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ੍ਰੀ ਅਕਾਲ